ਆਮ ਆਦਮੀ ਪਾਰਟੀ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਬਾਦਲ ਦਰਮਿਆਨ ਅੰਦਰ ਖਾਤੇ ਆਪਸੀ ਡੂੰਘੀ ਮਿਲੀਭੁਗਤ ਹੋਣ ਦਾ ਇਲਜ਼ਾਮ ਲਗਾਇਆ। ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵਿਅੰਗ ਕੱਸਦੇ ਹੋਏ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਬਿਕਰਮ ਸਿੰਘ ਮਜੀਠੀਆ ਅਤੇ ਬਾਦਲਾਂ ਦੇ ਖਿਲਾਫ਼ ਨਾ ਤਾਂ ਕੋਈ ਬਿਆਨ ਦੇਣਗੇ ਅਤੇ ਨਾ ਹੀ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਇਹ ਸਰਕਾਰ ਆਪਸੀ ਮਿਲੀਭੁਗਤ ਨਾਲ ਬਣੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਮਜੀਠੀਆ ਖਿਲਾਫ਼ ਕਾਰਵਾਈ ਕਰਨਾ ਚਾਹੁਣ ਤਾਂ ਇਨਫੋਰਸਮੈਂਟ ਡਾਇਰੈਕਟਰ ਤੋਂ ਠੋਸ ਤੱਤ ਇਕੱਠੇ ਕੀਤੇ ਜਾ ਸਕਦੇ ਨੇ। ਨਹੀਂ, ਉਹ ਅਸਲ 'ਚ ਪ੍ਰੋਬਲਮ ਇਹ ਆ ਰਹੀ ਹੈ ਕਿ ਅਮਰਿੰਦਰ ਸਿੰਘ ਅਤੇ ਬਾਦਲਾਂ ਦਾ ਬਹੁਤ ਡੂੰਘਾ ਸਮਝੌਤਾ ਵਾ। ਬਾਦਲਾਂ ਨੇ ਜਾਣ ਤੋਂ ਪਹਿਲਾਂ ਅਮਰਿੰਦਰ ਦੇ ਸਾਰੇ ਕੇਸ ਵਾਪਸ ਲਏ ਆ। ਅਮਰਿੰਦਰ ਅਤੇ ਕਾਂਗਰਸ ਦੇ MLA ਨੇ ਬਹੁਤ ਪ੍ਰੈਸ਼ਰ ਬਣਾਇਆ ਵਾ, ਤਾਂ ਮਾਮੂਲੀ ਜਿਹਾ ਬਿਆਨ ਦਿੱਤਾ ਅਮਰਿੰਦਰ ਸਿੰਘ ਇਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰੇਗਾ। ਔਰ ਮੈਨੂੰ ਉਹ ਹਾਸਾ ਆਉਂਦਾ ਵਾ ਅਮਰਿੰਦਰ ਸਿੰਘ ਜੀ ਦੇ ਬਿਆਨ 'ਤੇ ਕਿ ਐਵੀਡੈਂਸ ਨਹੀਂ ਹੈ। ਵੀ ਤੁਸੀਂ ਜੇ ਕੋਈ ਜਾਂਚ ਆਰਡਰ ਕਰੋਗੇ ਵਿਜੀਲੈਂਸ ਦੀ ਜਾਂ STF ਦੀ, ਸਪੈਸ਼ਲ ਟਾਸਕ ਫੋਰਸ ਦੀ, ਫਿਰ ਹੀ ਤੱਥ ਸਾਹਮਣੇ ਆਉਣਗੇ ਨਾ। ਔਰ ਬਿਕਰਮ ਮਜੀਠੀਆ ਦੇ ਖਿਲਾਫ਼ ਤਾਂ ਬੇਤਹਾਸ਼ਾ ਐਵੀਡੈਂਸ ਆ, ਜਿਹੜਾ ਸੱਤਾ ਅਤੇ ਪਿੰਡਾ ਕੈਨੇਡਾ ਤੋਂ ਆ ਕੇ ਇੰਟਰਨੈਸ਼ਨਲ ਸਮੱਗਲਰ ਇਹਦੇ ਘਰ 'ਚ ਰਹਿੰਦੇ ਸੀਗੇ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਚਾਰਜਸ਼ੀਟ ਦੇ ਵਿੱਚ ਸਾਰੇ ਤੱਥ ਨੇ। ਅਮਰਿੰਦਰ ਸਿੰਘ ਨੇ ਜੇ ਤੱਥ ਲੈਣੇ ਆ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਤੱਥ ਇਕੱਠੇ ਕਰ ਸਕਦਾ। ਔਰ ਨਾਲੇ ਦੂਜੀ ਗੱਲ ਆ, ਇੱਥੇ ਤਾਂ ਬਹਾਨਾ ਬਣਾਤਾ ਜੀ ਕਿ ਤੱਥ ਨਹੀਂ ਗੇ, ਐਵੀਡੈਂਸ ਨਹੀਂ ਗਾ, ਅਤੇ ਜਿਹੜਾ ਅਸੀਂ ਤੱਥ ਪੇਸ਼ ਕਰਦੇ ਰਾਣੇ ਗੁਰਜੀਤ ਜਿਹੜਾ ਕਰਪਟ ਮਿਨਿਸਟਰ ਆ ਉਹਦੇ ਖਿਲਾਫ਼, ਮਾਈਨਿੰਗ ਦੇ ਖਿਲਾਫ਼ ਸਾਰੇ ਤੱਥ ਪੇਸ਼ ਕਰਦੇ ਸਿੱਧੇ ਸਿੱਧੇ। ਰਾਣੇ ਗੁਰਜੀਤ ਦੀਆਂ ਦੋ ਕੰਪਨੀਆਂ ਨੇ 5 ਕਰੋੜ ਰੁਪਈਆ ਖੱਡਾਂ ਦੀ ਨਿਲਾਮੀ 'ਚ ਲਾਇਆ, ਉੱਥੇ ਐਕਸ਼ਨ ਕਿਉਂ ਨਹੀਂ ਲੈ ਰਹੇ? ਫਿਰ ਦੋਹਰੇ ਮਾਪਦੰਡ ਨੇ। ਅਮਰਿੰਦਰ ਸਿੰਘ ਇਸ ਵਕਤ ਇੱਕ ਲਾਚਾਰ ਬੇਬਸ ਮੁੱਖ ਮੰਤਰੀ, ਉਹਦੇ MLA ਆਪ ਕਾਂਗਰਸ ਦੇ MLAs ਨੂੰ ਇਹ ਸਿਚੁਏਸ਼ਨ ਇਹ ਪੈਦਾ ਹੋ ਗਈ ਕਿ ਕਾਂਗਰਸ ਦੇ MLA ਨੂੰ ਆਪਣੇ ਮੁੱਖ ਮੰਤਰੀ ਨੂੰ ਮੈਮੋਰੈਂਡਮ ਦੇਣਾ ਪੈਂਦਾ ਵਾ ਕੰਮ ਕਰਾਉਣ ਵਾਸਤੇ। ਸੋ ਇਹ ਸਾਰਾ ਇੱਕ ਡਰਾਮਾ ਕੀਤਾ ਜਾ ਰਿਹਾ ਵਾ। ਅਮਰਿੰਦਰ ਸਿੰਘ ਪਿਛਲੇ 7 ਮਹੀਨਿਆਂ ਵਿੱਚ ਕਾਰਗੁਜ਼ਾਰੀ ਜਿਹੜੀ ਬਿਲਕੁਲ ਸਿਫਰ ਆ। ਸੁਖਪਾਲ ਸਿੰਘ ਖਹਿਰਾ ਨੇ RSS ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸਮਾਗਮ 'ਤੇ ਕਈ ਸਵਾਲ ਖੜ੍ਹੇ ਕਰਦਿਆਂ ਆਖਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸਿੱਖ ਕੌਮ ਬਾਰੇ ਗਿਆਨ ਨਹੀਂ ਹੈ। ਖਹਿਰਾ ਨੇ ਇਸ ਨੂੰ ਸਿਆਸੀ ਸਟੰਟ ਕਰਾਰ ਦਿੰਦੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ 'ਤੇ ਵੀ ਸਵਾਲ ਚੁੱਕੇ। ਨਹੀਂ ਆਰ, ਇਹ ਦੇਖੋ ਜੀ, BJP ਦੇ ਜਿਹੜੇ ਲੋਕ ਨੇ ਉਹਨਾਂ ਨੇ ਤਾਂ ਇਹੋ ਜਿਹੀਆਂ ਫਜ਼ੂਲ ਗੱਲਾਂ ਕਰਨੀਆਂ ਵਾ। RSS ਦੇ ਖਿਲਾਫ਼ ਇੱਕ 2004 ਦਾ ਅਕਾਲ ਤਖ਼ਤ ਦਾ ਹੁਕਮਨਾਮਾ ਹਰ ਸਿੱਖ 'ਤੇ ਪਾਬੰਦੀ ਹੈ ਉਸ ਲਈ। ਔਰ ਜਿਹੜਾ ਉੱਥੇ ਫੰਕਸ਼ਨ ਕੀਤਾ ਵੀ ਗਿਆ, ਤੁਸੀਂ ਦੇਖੋ ਨਾ, ਹੋਮ ਮਿਨਿਸਟਰ ਸਾਹਿਬ ਨੂੰ ਸਾਡਾ ਨਾਰਾ ਹੀ ਨਹੀਂ ਪਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਠੀਕ ਕਹਿ ਸਕੇ। ਸੋ ਇਹ ਸਾਰੀ ਪੋਲੀਟੀਕਲ ਸਟੰਟਬਾਜ਼ੀ, ਡਰਾਮੇਬਾਜ਼ੀ ਆ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਅਕਾਲ ਤਖ਼ਤ ਦਾ ਜਥੇਦਾਰ ਨੂੰ ਜਦੋਂ ਕੋਈ ਹੁਕਮਨਾਮਾ ਲਾਗੂ ਕਰਨਾ, ਉਹ ਨਿਰਪੱਖਤਾ ਨਾਲ ਲਾਗੂ ਕਰਨਾ ਚਾਹੀਦਾ ਵਾ। ਪਿੱਛੇ ਲੰਗਾਹ ਦੇ ਖਿਲਾਫ਼ ਤਾਂ ਹੁਕਮਨਾਮਾ ਪੰਥ 'ਚੋਂ ਛੇਕਤਾ, ਉਹਨੇ ਗੁਨਾਹ ਕੀਤਾ, ਮਾੜੀ ਗੱਲ ਆ, ਅਤੇ ਉਹਦੇ ਖਿਲਾਫ਼ ਤਾਂ ਹਾਲੇ FIR ਦਰਜ ਸੀ, ਅਤੇ ਬੀਬੀ ਜਗੀਰ ਕੌਰ ਨੂੰ ਛੱਡਤਾ ਜਿਹਦੇ ਖਿਲਾਫ਼ 5 ਸਾਲ ਦੀ ਕੈਦ ਦੀ ਸਜ਼ਾ ਹੋਈ। ਸੋ ਇਹ ਕਿਤੇ ਨਾ ਕਿਤੇ ਅਕਾਲ ਤਖ਼ਤ ਦੇ ਜਥੇਦਾਰ ਦੇ ਉੱਤੇ ਸਵਾਲੀਆ ਚਿੰਨ੍ਹ ਲੱਗ ਰਹੇ ਨੇ, ਦੋਹਰੇ ਮਾਪਦੰਡ ਉਹ ਵੀ ਕਰਦੇ ਨੇ, ਇਹ ਦੁਖਦਾਈ ਗੱਲ ਹੈ। ਮੌਕੇ 'ਤੇ ਹਾਜ਼ਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਜੋ ਦੇਸ਼ ਅੰਦਰ ਫਿਰਕੂ ਹਾਲਾਤ ਬਣੇ ਹੋਏ ਨੇ, ਇਹਨਾਂ ਲਈ RSS ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਫਿਰਕੂ ਹਾਲਾਤ ਬਣਾ ਕੇ ਲੋਕਾਂ ਨੂੰ ਮੁੱਖ ਮੁੱਦਿਆਂ ਤੋਂ ਦੂਰ ਰੱਖਿਆ ਜਾ ਰਿਹਾ। ਇਹ ਤਾਂ ਉਹਨਾਂ ਦੀ ਆਪਸ ਦੀ ਪ੍ਰੋਬਲਮ ਹੈ, ਤੁਸੀਂ ਉਹਨਾਂ ਨਾਲ ਗੱਲ ਕਰ ਲਓ। ਪਰ ਜੋ ਦੇਸ਼ ਦੇ ਵਿੱਚ ਫਿਰਕੂ ਹਾਲਾਤ ਬਣੇ ਹੋਏ ਨੇ, ਉਹਦੇ ਵਾਸਤੇ ਜ਼ਿੰਮੇਵਾਰ RSS ਹੈ। ਜੋ ਦੇਸ਼ ਦੇ ਵਿੱਚ ਅੱਜ ਮਾਹੌਲ ਜਿਹੜਾ ਹਿੰਦੂ ਮੁਸਲਿਮ ਵਰਸਿਸ ਹੋਰ ਜਿਹੜੇ ਮੇਨ ਮੁੱਦੇ ਨੇ ਉਹ ਭੁੱਲ ਗਏ ਅਤੇ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ, ਦੇਖੋ ਪ੍ਰਧਾਨ ਮੰਤਰੀ ਜੀ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਦੀ ਡੇਟ ਜਿਹੜੀ ਉਹਦੀ ਗੁਜਰਾਤ ਦੀ ਇਲੈਕਸ਼ਨ ਦੀ ਡੇਟ ਹੈ ਉਹ ਮੈਨੂੰ ਪੁੱਛ ਕੇ ਕਰਿਓ, ਕਿਉਂਕਿ ਮੈਂ ਹਜੇ 2-4 ਜੁਮਲੇ ਹੋਰ ਸੁਣਾਉਣੇ ਨੇ। ਸੋ ਇਹ ਬਾਕੀ ਲੋਕ ਦੱਸਣਗੇ, ਡੈਮੋਕ੍ਰੇਸੀ ਲੋਕ ਦੱਸਣਗੇ। ਸਪੋਕਸਮੈਨ TV ਦੇ ਲਈ ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ ਦੀ ਰਿਪੋਰਟ।